ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਵੱਡੀ ਲੀਡ ਤੇ ਜਿੱਤ ਦਰਜ ਕਰਵਾਉਣ ਲਈ ਕੌਂਸਲਰ ਬਲਰਾਜ ਸਿੰਘ ਠਾਕੁਰ ਨੇ ਆਪਣੇ ਗ੍ਰਹਿ ਵਿਖੇ ਭਾਰੀ ਇਕੱਠ ਕੀਤਾ, ਜਿਸ ਵਿੱਚ ਚੌਧਰੀ ਸੰਤੋਖ ਸਿੰਘ ਵਿਸ਼ੇਸ਼ ਤੇ ਪੁੱਜੇ, ਜਿੱਥੇ ਜਲੰਧਰ ਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਚੌਧਰੀ ਸੰਤੋਖ ਨੂੰ ਵੱਡੀ ਲੀਡ ਤੇ ਜਿਤਾਉਣ ਦਾ ਭਰੋਸਾ ਦਿੱਤਾ। ਲੋਕਾਂ ਨੇ ਇੱਛਾ ਜ਼ਾਹਰ ਕੀਤੀ ਆਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਹੋਵੇ। ਮੋਦੀ ਸਰਕਾਰ ਨੇ ਹਰ ਵਰਗ ਨੂੰ ਦੁਖੀ ਕੀਤਾ, ਕੋਈ ਯੋਜਨਾ ਮੋਦੀ ਸਰਕਾਰ ਦੀ ਸਫਲ ਨਹੀਂ ਹੋ ਸਕੀ। ਜਲੰਧਰ ਲੋਕ ਸਭਾ ਹਲਕੇ ਦੀ ਕਾਂਗਰਸ ਦੀ ਕੰਪੇਨ ਬੜੇ ਜ਼ੋਰਾਂ 'ਤੇ ਔਰ ਉਸ ਸਿਲਸਿਲੇ 'ਚ ਅੱਜ ਵਾਰਡ ਨੰਬਰ 28 ਵਿੱਚ ਅਸੀਂ ਅੱਜ ਬਹੁਤ ਵੱਡੀ ਭਰਵੀਂ ਮੀਟਿੰਗ ਕੀਤੀ ਹੈ। ਇੱਥੇ ਦੇ ਕੌਂਸਲਰ ਸਾਡੇ ਬਲਰਾਜ ਠਾਕੁਰ ਜੀ ਬਹੁਤ ਸੀਨੀਅਰ ਕੌਂਸਲਰ ਹੈ ਔਰ ਮੇਰੇ ਨਾਲ ਇਸ ਵਕਤ ਸਰਦਾਰ ਪ੍ਰਗਟ ਸਿੰਘ ਇਸ ਹਲਕੇ ਦੇ ਵਿਧਾਇਕ ਵੀ ਹੈ ਔਰ ਬਹੁਤ ਸਾਰੇ ਲੋਕ ਹੈ ਇੱਥੇ ਔਰ ਬਹੁਤ ਵੱਡਾ ਰਿਸਪੋਂਸ ਹੈ ਕਾਂਗਰਸ ਦੇ ਪੱਖ ਵਿੱਚ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਸਾਰੇ ਜਲੰਧਰ ਦੇ ਵਾਸੀਆਂ ਨੇ ਵੋਟਰਾਂ ਨੇ ਇਹ ਫੈਸਲਾ ਕੀਤਾ ਕਿ ਕਾਂਗਰਸ ਪਾਰਟੀ ਨੂੰ ਜਿਤਾਉਣਾ, ਕਿਉਂਕਿ ਜਿਹੜੇ ਨਰਿੰਦਰ ਮੋਦੀ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਉਹਨਾਂ ਤੋਂ ਸਾਰਾ ਦੇਸ਼ ਦੁਖੀ ਹੈ ਔਰ ਖਾਸ ਕਰਕੇ ਮੇਰਾ ਸੰਸਦੀ ਖੇਤਰ ਦੁਖੀ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਮੈਨੂੰ ਰਿਸਪੋਂਸ ਮਿਲ ਰਿਹਾ ਬਹੁਤ ਵੱਡੀ ਲੀਡ ਦੇ ਨਾਲ ਕਾਂਗਰਸ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਦੀ ਚੋਰੀ 'ਚ ਪਾਈ। ਅੱਜ ਮੇਰੇ ਘਰ ਦੇ ਵਿੱਚ ਇਸ ਇਲਾਕੇ ਦੀ ਮੀਟਿੰਗ ਹੋਈ। ਚੌਧਰੀ ਸੰਤੋਖ ਜੀ ਜਿਹੜੇ ਇਸ ਇਲਾਕੇ ਤੋਂ ਐਮ ਪੀ ਦੇ ਕੈਂਡੀਡੇਟ ਹੈ ਜਲੰਧਰ ਹਲਕੇ ਤੋਂ, ਨਾਲ ਇਸ ਇਲਾਕੇ ਦੇ MLA ਸਰਦਾਰ ਪ੍ਰਗਟ ਸਿੰਘ ਜੀ ਹਾਜ਼ਰ ਹੋਏ ਔਰ ਉਹਨਾਂ ਨੇ ਆਪਣੀਆਂ ਜਿਹੜੀ ਹੈ ਗੱਲ ਕੀਤੀ ਕਿਸ ਤਰ੍ਹਾਂ ਜਿਹੜੀ ਪਿਛਲੀ ਸਰਕਾਰ ਨੇ ਸਾਡੀ ਇਕੋਨਮੀ ਨੂੰ ਤਬਾਹ ਕੀਤਾ, ਬੇਰੁਜ਼ਗਾਰੀ ਪੈਦਾ ਕੀਤੀ, ਨੋਟਬੰਦੀ ਨਾਲ ਕਿਸ ਤਰ੍ਹਾਂ ਜਿਹੜੇ ਸਾਡਾ ਜਿਹੜਾ ਰੁਜ਼ਗਾਰ ਜਾਂਦਾ ਲੱਗਾ, ਸਾਡੀ ਇੰਡਸਟਰੀ ਬੰਦ ਹੋਈ ਹੈ, ਉਹਦੇ ਬਾਰੇ ਗੱਲ ਕੀਤੀ ਔਰ ਆਪਣੇ ਜਿਹੜਾ ਏਜੰਡਾ ਉਹਨਾਂ ਨੇ ਰੱਖਿਆ, ਘੋਸ਼ਣਾ ਪੱਤਰ ਗੱਲ ਕੀਤੀ, ਨਿਆਏ ਯੋਜਨਾ ਦੀ ਗੱਲ ਕੀਤੀ ਕਿ ਅਸੀਂ ਲੈ ਕੇ ਆਵਾਂਗੇ ਨਿਆਏ ਯੋਜਨਾ ਦੇ ਨਾਲ, ਅਸੀਂ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਾਂਗੇ, ਮਿਨੀਮਮ ਜਿਹੜੀ ਇਨਕਮ ਹੈ 12,000 ਅਸੀਂ ਪਰਿਵਾਰ 25 ਕਰੋੜ ਪਰਿਵਾਰਾਂ ਨੂੰ ਦੇਵਾਂਗੇ, ਇਹਦੇ ਬਾਰੇ ਗੱਲ ਕੀਤੀ ਗਈ ਔਰ ਲੋਕਾਂ ਦਾ ਬੜਾ ਜਿਹੜਾ ਉਤਸ਼ਾਹ ਸੀ ਔਰ ਲੋਕ ਅੱਕੇ ਹੋਏ ਸੀ, ਲੋਕਾਂ ਦੇ ਉਤਸ਼ਾਹ ਤੋਂ ਨਜ਼ਰ ਆਉਂਦਾ ਸੀ ਕਿ ਉਹ ਕਾਂਗਰਸ ਦੇ ਹੱਕ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਹੋਇਆ ਔਰ ਸਰਕਾਰ ਕਾਂਗਰਸ ਦੀ ਬਣਾਉਣੀ ਹੈ। ਇਸ ਇਲਾਕੇ ਤੋਂ ਚੌਧਰੀ ਸੰਤੋਖ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਉਹਨਾਂ ਨੇ ਫੈਸਲਾ ਕੀਤਾ ਲੱਗਦਾ ਹੈ ਔਰ ਇਹ ਬੜਾ ਆਸ਼ਵਾਸਨ ਦਿੱਤਾ ਔਰ ਅਸੀਂ ਆਸ ਕਰਦੇ ਹਾਂ ਚੌਧਰੀ ਸੰਤੋਖ ਸਿੰਘ ਜੀ ਬਹੁਤ ਜ਼ਿਆਦਾ ਭਾਰੀ ਬਹੁਮਤ ਦੇ ਨਾਲ ਜਿੱਤਣਗੇ। ਧੰਨਵਾਦ, ਜੈ ਹਿੰਦ।